ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜਸ ਬਾਜਵਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸ਼੍ਰੀ ਬਰਾੜ। ਥੋੜ੍ਹੇ ਜਿਹੇ ਬੰਦੇ ਮੈਂ ਕਹਿੰਦਾ ਇੱਕ ਦੋ ਮਿੰਟ ਜੋੜ ਲੈਣ, ਉਸ ਤੋਂ ਬਾਅਦ 'ਚ ਆਪਾਂ ਇੱਕ ਬਹੁਤ ਜ਼ਰੂਰੀ ਤੁਹਾਡੇ ਨਾਲ ਗੱਲ ਅੱਜ ਸ਼ੇਅਰ ਕਰਨੀ ਹੈ। ਬਿਲਕੁਲ, ਜਿਹਦੇ ਅਕੋਰਡਿੰਗ ਅਸੀਂ ਲਾਈਵ ਹੋਏ ਹਾਂ। ਜਦੋਂ ਲਾਡੀ ਜੁੜ ਕੇ ਫਿਰ ਦੱਸ ਦਿਓ। ਠੀਕ ਹੈ ਜੀ। ਚਾਰ ਸੌ ਤੇਰਾਂ ਬੰਦੇ ਜੁੜ ਗਏ, ਆਪਣੇ ਵੀ ਇੱਧਰ 3000 ਹੋ ਗਿਆ। ਸ਼ੁਰੂ ਕਰ ਲਈਏ। ਹਾਂ ਜੀ, ਗੱਲ ਗਾਣੇ ਦੀ ਹੈਗੀ ਹੈ, ਕਿਸਾਨ ਐਂਥਮ। ਸ਼ੁਰੂ ਕਿੱਥੋਂ ਹੋਇਆ ਗਾਣਾ, ਬਣਿਆ ਕਿਸ ਦਿਨ ਬਣਿਆ ਗਾਣਾ? ਮੈਂ ਨਾ ਜਸ ਵੀਰੇ ਦੇ ਵਿਆਹ ਤੇ ਜਦੋਂ ਜਾਣਾ, ਰਾਤ ਦਾ ਸੀ ਫੰਕਸ਼ਨ। ਹਾਂ ਵੀਰੇ, ਰਿਸੈਪਸ਼ਨ। ਹਾਂਜੀ, ਰਾਤ ਨੂੰ ਜਦੋਂ ਖਾਣਾ ਖਾਣ ਲਈ ਤਾਂ ਟੇਬਲ ਤੇ ਬੈਠੇ ਆ, ਤੇ ਅਕਸਰ ਕਲਾਕਾਰਾਂ 'ਚ ਇੱਦਾਂ ਦੀਆਂ ਗੱਲਾਂ ਘੱਟ ਹੁੰਦੀਆਂ, ਉਹ ਗਾਣਿਆਂ ਦੀਆਂ ਜ਼ਿਆਦਾ ਹੁੰਦੀਆਂ। ਵਿਊ ਇੰਨੇ ਆ ਗਏ ਗਾਣੇ ਨੂੰ, ਉਹ ਹਿੱਟ ਹੋ ਗਿਆ, ਉਹ ਰਹਿ ਗਿਆ, ਇੱਦਾਂ ਦੀਆਂ। ਪਰ ਮੈਂ ਦੇਖਿਆ ਕਿ ਜਸ ਵੀਰੇ ਨੂੰ ਕਾਲ ਹੈਗੀ ਹੈ ਕਿ ਛੇਤੀ ਛੇਤੀ ਇੱਕ ਜ਼ਿੰਮੇਵਾਰੀ ਹੈਗੀ ਇਹਨੂੰ ਨਿਭਾ ਕੇ ਛੇਤੀ ਮੈਂ ਦਿੱਲੀ ਜਾਵਾਂ ਧਰਨੇ 'ਤੇ। ਮੈਂ ਗੱਲ ਕਰ ਰਿਹਾ ਨਾਲ ਫਤਿਹ ਬੈਠਾ ਮੇਰਾ ਭਰਾ, ਕਿ ਫਤਿਹ ਇਹ ਹਕੀਕਤ ਹੈਗੀ ਹੈ ਕਿ ਯਾਰ ਸੱਚੀ ਸਾਡੇ ਸਾਰੇ ਭਰਾ ਵੀ ਇੰਨੇ ਹੋਏ ਖੜੇ ਹਾਂ। ਆਪਾਂ ਪਹਿਲੀ ਵਾਰ ਦੇਖ ਰਹੇ ਮੈਂ ਕਿ ਮੇਰੇ ਭਰਾ ਨੂੰ ਵਿਆਹ ਤੋਂ ਜ਼ਿਆਦਾ ਧਰਨੇ ਦਾ। ਵਿਆਹ ਤਾਂ ਜ਼ਿੰਦਗੀ 'ਚ ਬੜੀ ਖੁਸ਼ੀ ਹੁੰਦੀ ਹੈ ਹਰ ਬੰਦੇ ਨੂੰ। ਜਿੰਨੇ ਸਿੰਗਰ ਭਰਾ ਬੈਠੇ ਸਿਰਫ ਇਹੀ ਗੱਲ ਚੱਲ ਰਹੀ ਹੈ ਕਿ ਧਰਨਾ ਉੱਥੇ ਐਂ ਚੱਲ ਰਿਹਾ ਹੈ, ਸਾਨੂੰ ਐਂ ਸਪੋਰਟ ਕਰਨੀ ਹੈ, ਐਂ ਕਰਕੇ ਆਪਾਂ ਉਹਨੂੰ ਵਧੀਆ ਕਰ ਸਕਦੇ ਹਾਂ। ਮੈਂ ਘਰੇ ਆਉਂਦਾ ਰਾਤ ਨੂੰ ਅਤੇ ਮੈਨੂੰ ਰਾਹ 'ਚ ਗੱਡੀ ਮਿਲਦੀ ਹੈ ਵੀਰੇ ਦੀ। ਗੱਡੀ ਦੇ ਅੱਗੇ ਭਾਬੀ ਜੀ ਨਾਲ ਸੀ, ਅਤੇ ਜਿਹੜੀ ਫੋਟੋ ਵੀ ਕਾਫੀ ਵਾਇਰਲ ਹੋਈ ਸੀ, ਅਤੇ ਉਹੀ ਝੰਡਾ ਜਿਹੜਾ ਅੱਜ ਕੱਲ੍ਹ ਸਾਡੇ ਹਰ ਇੱਕ ਗੱਡੀ 'ਤੇ, ਹਰ ਇੱਕ ਟਰੈਕਟਰ 'ਤੇ ਹੈਗਾ, ਕਿਸਾਨ ਏਕਤਾ ਦਾ ਝੰਡਾ। ਮੈਂ ਸਵੇਰੇ ਉੱਠਦਾ, ਮੈਂ ਸਵੇਰੇ ਗੱਲ ਕਰੀ ਸਾਰੇ ਭਰਾਵਾਂ ਨਾਲ, ਫਤਿਹ ਹੋਣੀ ਬੈਠੇ ਆ। ਮੈਂ ਕਿਹਾ ਫਤਿਹ ਸਾਨੂੰ ਕੁਛ ਕਰਨਾ ਚਾਹੀਦਾ ਹੈਗਾ, ਮੈਨੂੰ ਲੱਗ ਰਿਹਾ ਕਿ ਮੈਂ ਜੇ ਲਿਖਦਾ ਤਾਂ ਕੁਛ ਗਾਣਾ ਬਣਾਵਾਂ ਜਿੱਥੇ ਸਾਰੀ ਇੰਡਸਟਰੀ ਆਵੇ, ਇੱਕ ਗਾਣਾ ਬਣੇ, ਐਂਥਮ ਬਣੇ, ਕਿਸਾਨ ਐਂਥਮ ਬਣੇ, ਜੋ ਅਸੀਂ ਦੇ ਸਕੀਏ ਸਾਰੇ ਕੁਛ ਨਾ ਕੁਛ। ਅਤੇ ਗੱਲ ਚੱਲੀ ਕਿ ਇੰਨੇ ਸਿੰਗਰ ਕਿਵੇਂ ਆਉਣਗੇ। ਹੁਣ ਗੱਲ ਆਉਂਦੀ ਹੈਗੀ ਕਿ ਅਸੀਂ ਕਿੱਥੇ ਫਸ ਗਏ ਵੀਰੇ। ਅਸੀਂ ਜਿੱਦਾਂ ਬੈਠੇ ਹਾਂ, ਮੈਂ ਤੁਹਾਡੇ ਨਾਲ ਵੀ ਗੱਲ ਸ਼ੇਅਰ ਕੀਤੀ ਸੀ ਕਿ ਹਰ ਸਿੰਗਰ ਦਾ ਜਦੋਂ ਗਾਣਾ, ਕੋਈ ਵੀ ਗਾਣਾ ਕਰਦਾ ਹੈਗਾ, ਕਿਸੇ ਦੀ ਅੱਜ ਦੇ ਟਾਈਮ ਕੀਮਤ 50 ਲੱਖ ਹੈ, ਕਿਸੇ ਦੀ 30 ਲੱਖ, ਕਿਸੇ ਦੀ 15 ਲੱਖ, ਹਰ ਬੰਦੇ ਦੀ ਗਾਣਾ ਆਪਦੀ ਹੈਗੀ ਮੇਨ ਸੈੱਟ ਜੀ। ਹੁਣ 10 ਸਿੰਗਰ ਚੁਣ ਲਏ ਕਿ 10 ਸਿੰਗਰ ਭਰਾ ਆਉਣਗੇ ਤਾਂ ਗਾਣਾ, ਜੇ 10 ਸਿੰਗਰ, ਜੇ ਅਸੀਂ 30 ਲੱਖ ਛੱਡੋ, 10-10 ਲੱਖ ਵੀ ਦੇਣਾ ਪੈ ਜੇ ਤਾਂ ਕਰੋੜ ਰੁਪਇਆ ਬਣ। ਬਿਲਕੁਲ, ਸਾਰੇ ਕਹਿੰਦੇ ਵੀ ਇੰਨਾ ਪੈਸਾ ਆਪਾਂ ਕਿੱਥੋਂ ਲੈ ਕੇ ਆਵਾਂਗੇ ਤੇ ਦੇਵਾਂਗੇ ਕਿਵੇਂ। ਮੈਨੂੰ ਲੱਗਦਾ ਜੇ ਕੋਈ ਅਫੀਸ਼ੀਅਲੀ ਕੰਪਨੀ ਵੀ ਇਹਨੂੰ ਕਰਦੀ, ਉਹਦੇ ਵੀ ਬਜਟ ਤੋਂ ਬਾਹਰ ਸੀ, ਇੰਨੇ ਆਰਟਿਸਟ ਨੇ ਸਾਰਿਆਂ ਨੂੰ ਪੇ ਕਰਨਾ, ਜਾਂ ਸਾਰਿਆਂ ਨੂੰ ਪਹਿਲੇ ਪੇ ਵੀ ਛੱਡੋ, ਪਹਿਲਾਂ ਤਾਂ ਇਕੱਠਾ ਕਰਨਾ ਹੀ ਬਹੁਤ ਔਖਾ, ਬੜਾ ਬੜਾ ਔਖਾ। ਤੇ ਸਭ ਤੋਂ ਪਹਿਲਾਂ ਮੈਂ ਗੱਲ ਜਸ ਵੀਰੇ ਕੋਲ ਕਰੀ ਕਿ ਵੀਰੇ ਇੱਦਾਂ ਸੋਚਿਆ ਹੈਗਾ, ਤੇ ਵੀਰੇ ਹੁਣੀ ਆ ਗਏ ਸਟੂਡੀਓ। ਸਟੂਡੀਓ ਬੈਠੇ ਤਾਂ ਸ਼ੁਰੂਆਤ ਕਿੱਥੋਂ ਹੋਈ ਕਿ ਮਿਊਜ਼ਿਕ ਦਾ ਵੀ ਕੋਈ ਪੈਸਾ ਨਹੀਂ। ਬਿਲਕੁਲ ਕੋਈ ਪੈਸਾ ਨਹੀਂ, ਕਿਸੇ ਚੀਜ਼ ਦਾ ਕੋਈ ਪੈਸਾ ਨਹੀਂ ਲੱਗਿਆ ਇਸ ਗਾਣੇ 'ਤੇ। ਜਸ ਵੀਰੇ ਹੁਣੀ ਆਏ ਅਤੇ ਇੱਕ ਖੁਸ਼ੀ ਨਾ ਕਿ ਵੀਰੇ ਉਹਨਾਂ ਨੇ ਕਰੀ ਗੱਲ ਕਿ ਸ਼੍ਰੀ ਮੈਨੂੰ ਨਹੀਂ ਲੱਗਦਾ ਵੀ ਐਡੇ ਕੰਮ 'ਚ ਕੋਈ ਪੈਸਾ ਲਊਗਾ। ਬਿਲਕੁਲ, ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ। ਬਿਲਕੁਲ, ਅਤੇ ਹੋਇਆ ਵੀ ਉਹੀ ਕਿ ਜਿੰਨੇ ਸਿੰਗਰ ਭਰਾ, ਜਿਵੇਂ ਜਿਵੇਂ ਜਿਹਨੂੰ ਵੀ ਕਿਹਾ ਗਿਆ, ਹਰ ਬੰਦਾ ਆਇਆ ਆਪਦੀ ਜ਼ਿੰਮੇਵਾਰੀ ਤੇ ਜ਼ਿੰਮੇਵਾਰੀ ਖੁਸ਼ੀ ਸਮਝਦੇ ਹੋਇਆ ਵੀ ਹਾਂ ਯਾਰ ਅਸੀਂ ਕੁਛ ਨਾ ਕੁਛ, ਚਲੋ ਫਿਜ਼ੀਕਲੀ ਤਾਂ ਅਪੀਅਰੈਂਸ ਆਪਾਂ ਧਰਨੇ ਆ ਤੇ ਦੇ ਵੀ ਰਹੇ ਹਾਂ, ਬਟ ਸਾਡਾ ਉਹ ਕੰਮ ਨਹੀਂ, ਸਾਡਾ ਕੰਮ ਹੈ ਗਾਇਕੀ ਵਾਲਾ, ਗਾਉਣੇ ਵਾਲਾ, ਲਿਖਣ ਵਾਲਾ ਨਾ, ਪਹਿਲਾ ਵਾਰ ਕਲਮਾਂ ਦਾ, ਦੂਜਾ ਵਾਰ ਖੰਡੇ ਨਾਲ। ਸੋ ਉਹ ਆਪਾਂ ਆਪਣਾ ਕੰਮ ਵੀ, ਪਹਿਲਾਂ ਵੀ ਸਾਰੇ ਭਰਾਵਾਂ ਦੇ ਗਾਣੇ ਆਏ ਹੋਏ ਸੀ, ਜਿਵੇਂ ਆਪਣੇ ਵਾਲਾ ਆਇਆ ਹੋਇਆ ਸੀ, ਹੋਰ ਵੀ ਸਭ ਦੇ ਆਏ ਹੋਏ ਸੀ, ਸਭ ਦੇ ਆਏ, ਬਟ ਜਦੋਂ ਸਾਨੂੰ ਲੱਗਿਆ ਵੀ ਇਹ ਇੱਕ ਵੱਡੀ ਗੱਲ ਨਿਕਲ ਕੇ ਜਾ ਸਕਦੀ ਹੈ, ਕਿਸਾਨ ਐਂਥਮ ਇੱਕ ਤਾਂ ਨਾਂ ਹਾਂਜੀ ਉਦਾਂ ਅਟਰੈਕਟ ਕਰਦਾ। ਬਿਲਕੁਲ, ਦੂਜੀ ਗੱਲ ਇਹ ਹੈ ਵੀ ਜਦੋਂ ਇੰਨੀਆਂ ਫੀਚਰਿੰਗਾਂ ਨੇ, ਜਿੰਨੇ ਵੀ ਆਰਟਿਸਟ ਨੇ, ਸਾਰੇ ਭਰਾ ਨੇ, ਸਾਰੇ ਐਟ ਏ ਟਾਈਮ ਤੇ ਆਪਣੀ ਆਪਣੀ ਥਾਵੇਂ ਵਧੀਆ ਨੇ, ਵਧੀਆ, ਜਦੋਂ ਇਕੱਠਿਆਂ ਦਾ ਗੀਤ ਆਊਗਾ, ਇਹਦੇ ਚ ਵੱਡੀ ਗੱਲ ਕੀ ਹੁੰਦੀ ਸ਼੍ਰੀ? ਮੈਂ ਤੁਹਾਨੂੰ ਦੱਸਦਾ, ਮੈਂ ਕੱਲ ਹੀ ਆਇਆ ਉੱਥੋਂ ਮੁੜ ਕੇ, ਜਿਹਦੇ ਨਾਲ ਗਾਣਾ ਡੱਬ ਕਰਕੇ ਗਿਆ, ਉਦੇ ਵੀ ਮੈਂ ਦਿੱਲੀ ਗਿਆ ਜੀ। ਇਹ ਲਾ ਲਓ ਵੀ ਸਾਡੇ ਨਾਲ ਸਮਰਾਲੇ ਤੋਂ ਸੂਬਾ ਪ੍ਰਧਾਨ ਨੇ ਜੀ, ਉਹਨਾਂ ਦੀ ਉਮਰ ਮੇਰੇ ਹਿਸਾਬ ਨਾਲ ਕੋਈ 50+ ਹੀ ਆ ਜੀ,
ਉਹ ਮੈਨੂੰ ਕਹਿੰਦਾ ਯਾਰ ਗਾਣਾ ਬਹੁਤ ਯਾਰ ਵਧੀਆ ਆਇਆ। ਕਹਿੰਦਾ ਜਦੋਂ ਮੈਨੂੰ ਉਹ ਮੀਟਿੰਗ ਤੇ ਜਾਂਦੇ ਅੱਗੇ ਜਦੋਂ ਸਰਕਾਰ ਨਾਲ ਮੀਟਿੰਗ ਹੁੰਦੀ ਹੈ, ਕਹਿੰਦਾ ਵੀ ਮੀਟਿੰਗ ਤੇ ਜਾਣ ਤੋਂ ਪਹਿਲਾਂ ਨਾ ਅਸੀਂ ਜਿਹੜੇ ਤੁਹਾਡੇ ਗਾਣੇ ਆਏ ਹੋਏ ਨੇ ਉਹ ਇੱਕ ਵਾਰੀ ਸੁਣਦੇ ਹਾਂ ਵੀ ਸਾਨੂੰ ਨਾ ਪੰਪ ਅਪ ਮਿਲਦਾ ਵੀ ਹਾਂ ਯਾਰ ਕੁਛ ਕਰਾਂਗੇ ਦੁਬਾਰੇ, ਉਹ ਮੇਰਾ ਮਾਹੌਲ ਸਿਰਜਿਆ ਜਾਂਦਾ। ਸੋ ਉੱਥੇ ਮੈਂ ਰਹਿ ਕੇ ਆਇਆ, ਮੈਂ ਟਰਾਲੀ 'ਚ ਪਿਆ ਸੀਗਾ, ਲੋਕ ਸਾਰੇ ਸੌਂ ਗਏ 12 ਵਜੇ, ਲੋਕ ਮਤਲਬ ਹਲੇ ਆਪਣੇ ਗਾਣੇ ਆਏ ਨੂੰ ਮੈਨੂੰ ਲੱਗਦਾ 3-4 ਦਿਨ ਹੋਏ ਆ, 4-5 ਦਿਨ, ਹਾਂ 4-5 ਦਿਨ ਹੋਏ ਆ ਵੀਰੇ। ਲੋਕ ਨਾ ਮੂੰਹ ਜਵਾਨੀ ਗੀਤ ਸਵਰਾਜਾਂ ਪਿੱਛੇ ਬੈਰੀਗੇਡ ਪਾਏ ਹੋਏ, ਲੋਕ ਆਪਦੇ ਮੂੰਹ ਚੋਂ ਗਾਉਂਦੇ ਜਾਂਦੇ ਆ ਨਾ। ਸੋ ਐਵੇਂ ਦਾ ਇੱਕ ਹਰ ਇੱਕ ਦੂਜੇ ਟਰੈਕਟਰ ਤੇ ਉੱਥੇ ਆਪਣਾ ਗਾਣਾ ਵੱਜਦਾ। ਚਲੋ ਮੈਂ ਨੀ ਕਹਿੰਦਾ ਆਪਣਾ ਗਾਣਾ, ਇਹ ਉਹਨਾਂ ਦਾ ਹੀ ਗਾਣਾ, ਇਹ ਸਾਡਾ ਨੀ ਹੈਗਾ ਗਾਣਾ, ਅਸੀਂ ਉਹਨਾਂ ਲਈ ਬਣਾਇਆ, ਇੱਕ ਆਪਣਾ ਫਰਜ਼ ਸਮਝਦੇ ਹੋਏ ਤੇ ਉਹਨਾਂ ਨੇ ਵੀ ਆਪਦਾ ਫਰਜ਼ ਇੰਨਾ ਕਿ ਨਿਭਾਇਆ। ਮੈਂ ਸ਼੍ਰੀ ਤੂੰ ਭਰਾਇਆ ਤੂੰ ਮੂੰਹ ਤੇ ਬੈਠਾ, ਗਾਣੇ ਤੇਰੇ ਸਾਰੇ ਵਧੀਆ ਨੇ, ਮੈਂ ਹਰ ਇੱਕ ਬੰਦੇ ਨਾਲ ਇਹ ਗੱਲ ਕਰਦਾ ਹੁੰਦਾ, ਮੈਂ ਕਿਹਾ ਯਾਰ ਵੀ ਜਦੋਂ ਐਡਾ ਗੀਤ ਬਣਦਾ ਨਾ ਉਹਦੇ ਚ ਨਾ ਕਈ ਵਾਰੀ ਕੱਚ ਨਿਸ਼ਾਨ ਬਾਈ ਨਾਲ ਮੈਂ ਗੱਲ ਕਰਦਾ ਸੀ, ਮੈਂ ਕਿਹਾ ਕਈ ਵਾਰੀ ਨਾ ਬਾਈ ਕੱਚ ਰਹਿ ਜਾਂਦੀ ਹੈ ਕਲਾਕਾਰਾਂ ਨੂੰ, ਇਹ ਹੁੰਦਾ ਵੀ ਆਹ ਅੰਤਰਾ ਮੈਂ ਗਾਉਣਾ ਯਾਰ, ਆਹ ਮੈਂ ਗਾਉਣਾ। ਮੈਂ ਕਿਹਾ ਵੀ ਸਾਰੇ ਭਰਾਵਾਂ ਦੀਆਂ ਲਾਈਨਾਂ, ਈਵਨ ਕਿ ਫੈਜਲ ਪ੍ਰੀਏ ਬਾਈ ਦੀਆਂ, ਉਹਦਾ ਵੀ ਅਸੀਂ ਥੈਂਕਸ ਕਰਦੇ ਹਾਂ, ਹਰਿਆਣੇ ਤੋਂ ਆ ਸਾਡਾ ਭਰਾ, ਉਹ ਵੀ ਬਿਜੀ ਸੀ, ਉਹਨੇ ਵੀ ਨੀ ਜਵਾਬ ਦਿੱਤਾ। ਉਹਦੇ ਨਾਲ ਇੱਕ ਕੋਲੈਬੋਰੇਸ਼ਨ ਨੂੰ ਇੱਕ ਅਲੱਗ ਹੀ ਫੀਲ ਮਿਲਿਆ, ਹਰਿਆਣਾ ਪੰਜਾਬ, ਹਰਿਆਣਾ ਪੰਜਾਬ, ਜਿਵੇਂ ਉੱਥੇ ਸਾਡਾ ਇੱਕ ਇਕੱਠਾ, ਅਸੀਂ ਇੱਥੇ ਵੀ ਦਿਖਾਇਆ ਵੀ ਅਸੀਂ ਇੱਥੇ ਵੀ ਇਕੱਠੇ ਹਾਂ, ਲੋੜ ਪੈਣ ਤੇ ਅਸੀਂ ਇੱਕ ਹੀ ਹਾਂ। ਹਰ ਇੱਕ ਆਰਟਿਸਟ ਦੀ ਮਤਲਬ ਅੰਤਰਾ ਜਿਹੜਾ, ਚਾਹੇ ਉਹ ਜੋਰਡਨ ਵਾਲਾ, ਦਿਲਪ੍ਰੀਤ ਵਾਲਾ, ਸਭ ਦਾ ਯਾਰ ਐਡੀ ਮਤਲਬ ਫੀਲ ਹੈ। ਮੈਂ ਨਿਸ਼ਾਨ ਬਾਈ ਨੂੰ, ਨਿਸ਼ਾਨ ਬਾਈ ਨੇ ਮੈਨੂੰ ਕਿਹਾ ਯਾਰ, ਕਹਿੰਦਾ ਵੀ ਇੰਨਾ ਕਮਾਲ ਲਿਖਿਆ ਵੀ ਗਾਣਾ ਕਿਤੇ ਟੁੱਟਦਾ ਹੀ ਨਹੀਂ, 6 ਮਿੰਟ ਦਾ ਗਾਣਾ, 6.5 ਮਿੰਟ ਦਾ ਗਾਣਾ, 7 ਦਾ ਨਹੀਂ ਖਿੱਚਿਆ ਜਾ ਸਕਦਾ, ਆਪਾਂ ਵੀ ਗਾਣੇ ਹੀ ਬਣਾਉਣੇ ਆ, ਬਿਲਕੁਲ ਐਡਾ ਗਾਣਾ ਬਣਾਉਣਾ ਮਤਲਬ 3 ਗਾਣੇ ਹੋ ਗਏ ਗਾਣੇ 'ਚ ਜ਼ਿੰਮੇਵਾਰੀ। ਸੋ ਪਹਿਲੀ ਤਾਂ ਗੱਲ ਇਹ ਆ ਵੀ ਤੂੰ ਲਿਖਿਆ ਹੀ ਐਡਾ ਕਮਾਲ ਦਾ, ਉਸ ਤੋਂ ਬਾਅਦ 'ਚ ਇੱਕ ਆਪਣੀ ਇਹ ਕਮਾਲ ਦਾ ਗਾਣਾ ਤਾਂ ਬਣਿਆ ਕਿਉਂਕਿ ਆਪਣੀ ਇੱਕ ਦਿਲੋਂ ਆਪਣੀ ਇੱਛਾ ਸੀ, ਨੀਤ ਸੱਚੀ ਸੀ ਵੀ ਯਾਰ ਅਸੀਂ ਆਪਣੇ ਭਰਾਵਾਂ ਲਈ ਕੁਛ ਕਰਨਾ ਹੈ। ਜੇ ਉੱਥੇ ਸੋ ਸਕਦੇ ਆ ਰਾਤ ਨੂੰ, 20 ਦਿਨ ਹੋ ਗਏ ਅੱਜ, ਅੱਜ 20ਵਾਂ ਦਿਨ ਹੈ, ਬਿਲਕੁਲ ਲਗਾਤਾਰ ਸੜਕਾਂ ਤੇ ਸਾਡੇ ਬਜ਼ੁਰਗ ਪੈ ਸਕਦੇ ਆ, ਤੇ ਸਾਡਾ ਤਾਂ ਇਹ ਕਿੱਤਾ ਹੈ, ਅਸੀਂ ਤਾਂ ਗੀਤਾਂ ਨਾਲ ਜੁੜੇ ਹਾਂ, ਜਦੋਂ ਜਿੰਨਾ ਸਾਡੇ ਤੋਂ ਹੋ ਰਿਹਾ ਅਸੀਂ ਕਰ ਰਹੇ ਹਾਂ। ਅਸੀਂ ਇੱਥੇ ਇਹ ਨਹੀਂ ਦੱਸਣ ਆਏ ਵੀ ਅਸੀਂ ਕਿਸੇ ਨੂੰ ਕੀ ਵੰਡ ਰਹੇ ਹਾਂ, ਕੰਬਲ ਵੰਡ ਰਹੇ ਹਾਂ ਜਾਂ ਕੀ ਕਰ ਰਹੇ ਹਾਂ, ਉਹ ਇੱਕ ਅਲੱਗ ਹੈ, ਜਿਹੜੇ ਕਰ ਰਹੇ ਨੇ ਅਸੀਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ, ਬਹੁਤ ਵਧੀਆ ਗੱਲ ਹੈ, ਤੁਹਾਡੀ ਸਦਕੇ ਹੀ ਉੱਥੇ ਅੱਜ ਬਦਾਮਾਂ ਦੇ ਲੰਗਰ ਲੱਗੇ ਹੋਏ ਨੇ, ਉਹਨਾਂ ਭਰਾਵਾਂ ਸਦਕੇ ਹੀ। ਬਟ ਇਹ ਹੈ ਵੀ ਸਾਡਾ ਐਂ ਸੀਗਾ ਵੀ ਪਲੈਨਡ ਸੀ, ਜਦੋਂ ਸਾਰਾ ਇਹ ਗੀਤ ਕੀਤਾ ਹੈ, ਸ਼੍ਰੀ ਨੇ ਬਣਾਇਆ ਸਾਰਾ, ਸ਼੍ਰੀ ਨੂੰ ਸਿਰੇ ਜਾਂਦਾ ਹੈ ਇਸ ਗੀਤ ਦਾ, ਸਾਰੇ ਭਰਾ ਇਕੱਠੇ ਕੀਤੇ, ਸਾਰੇ ਭਰਾਵਾਂ ਨੂੰ ਜਾਂਦਾ ਹੈ, ਕਿਉਂਕਿ ਪਹਿਲੇ ਦਿਨ ਵੀ ਮੈਂ ਦੱਸ ਰਿਹਾ ਉਹ ਗਾਣਾ ਬਣ ਹੀ ਨਹੀਂ ਸਕਦਾ, ਬਿਲਕੁਲ, ਕਿਉਂਕਿ ਸਾਰੇ ਭਰਾ ਇੰਨੇ ਇਕੱਠੇ ਹੋਏ ਤਾਂ ਉਹ ਗਾਣਾ ਐਡਾ ਵੱਡਾ ਬਣਿਆ, ਬਿਲਕੁਲ, ਤੇ ਹਰ ਬੰਦੇ ਨੇ ਆਪਦਾ ਪੂਰਾ ਰੱਖਿਆ। ਜਿੱਦਾਂ ਗਾਣਾ ਬਣਦਾ ਤੇ ਉਸ ਤੋਂ ਬਾਅਦ ਵੀ ਸਾਨੂੰ ਸ਼ੁਰੂ ਹੋ ਗਏ ਫੋਨ ਆਉਣੇ, ਧਮਕੀਆਂ ਕਹਿ ਲਓ ਕੁਛ ਵੀ ਕਿ ਗਾਣਾ ਨਾ ਕਰੋ, ਪੁਲਿਸ ਕੇਸ ਪੈਣੇ ਆ, ਅੱਗੇ ਬਿਲਕੁਲ। ਤੇ ਸਾਡੇ ਤੋਂ ਪਹਿਲਾਂ ਮੈਂ ਵੀਰੇ ਨਾਲ ਗੱਲ ਕਰੀ, ਵੀਰੇ ਹੁਣੀ ਕਹਿੰਦੇ ਕਿ ਇਹ ਤਾਂ ਜਿੱਦਾਂ ਮੈਂ ਧਰਨਿਆਂ ਤੇ ਜਾਣਾ ਸ਼ੁਰੂ ਕੀਤਾ ਉਦਾਂ ਦਾ ਹੀ ਮੇਰੇ ਨਾਲ ਹੋ ਰਿਹਾ। ਮੈਂ ਕਹਿੰਦਾ ਵੀਰੇ ਲਗਾਤਾਰ ਕਦੇ ਕੋਈ ਕਹਿੰਦਾ ਵੀ ਤੁਸੀਂ ਕਿਉਂ ਅੱਗੇ ਲੱਗੇ ਹੋਏ ਹੋ, ਤੁਹਾਡਾ ਇਹ ਕੰਮ ਨੀ, ਤੁਹਾਡਾ ਫੀਲਡ ਨੀ, ਮੈਂ ਦੱਸ ਦੇਣਾ ਚਾਹੁੰਦਾ ਵੀ ਦੇਖੋ ਪੰਜਾਬ ਸਾਡਾ ਤੇ ਅਸੀਂ ਪੰਜਾਬ ਦੇ ਪੰਜਾਬੀ, ਖੇਤਾਂ ਤੋਂ ਬਿਨਾਂ, ਖੇਤੀ ਤੋਂ ਬਿਨਾਂ ਤੇ ਬੋਲੀ ਤੋਂ ਬਿਨਾਂ ਅਸੀਂ ਪੰਜਾਬ ਦੀ ਨਹੀਂ, ਕਲਪਨਾ ਹੀ ਨਹੀਂ ਕਰ ਸਕਦੇ, ਸਿਰਜ ਹੀ ਨਹੀਂ ਸਕਦੇ। ਸੋ ਸਾਡਾ ਇਹ ਫਰਜ਼ ਹੈ, ਨਿੱਜੀ ਫਰਜ਼ ਹੈ, ਅਸੀਂ ਪਹਿਲਾ ਧਰਮ ਹੈ ਕਿਸਾਨੀ, ਅਸੀਂ ਉਹਦੇ ਲਈ ਖੜਾਂਗੇ। ਪੰਜਾਬ ਹਰਿਆਣਾ ਵੀ ਛੱਡ ਦਿਓ ਤੁਸੀਂ, ਵੀ ਕਿਸਾਨ ਦਾ ਧਰਮ ਹੈ ਕਿਸਾਨੀ। ਪਿਛਲੀ ਵਾਰੀ ਵੀ ਮੈਂ ਉੱਥੇ ਕਹਿੰਦਾ ਵੀ ਮਹਾਰਾਸ਼ਟਰ ਤੋਂ ਵੀ ਭਰਾ ਆਏ ਸੀ ਐਤਕੀ, ਅਸੀਂ ਉਹਨਾਂ ਦਾ ਵੀ ਬਦਲਾ ਲਵਾਂਗੇ, ਤਾਮਿਲਨਾਡੂ ਵਾਲੇ ਆਏ ਸੀ ਉਹ ਘੱਟ ਗਿਣਤੀ ਸੀ, ਸਾਡੀ ਗਿਣਤੀ ਵੱਡੀ ਹੈ, ਅਸੀਂ ਉਹਨਾਂ ਦਾ ਵੀ ਵਿਆਜ ਲੈ ਕੇ ਨਾਲ ਮੁੜਾਂਗੇ, ਕਿਉਂਕਿ ਚਾਹੇ ਉਹ ਉੱਥੇ ਨੇ ਚਾਹੇ ਅਸੀਂ ਇੱਥੇ ਹਾਂ, ਮੁੱਦਾ ਸਾਡਾ ਸਭ ਦਾ ਹੀ ਸੇਮ ਹੈ। ਸੋ ਅਸੀਂ ਇਹ ਗਾਣਾ ਉਹੀ ਚੀਜ਼ ਸੋਚ ਕੇ ਬਣਾਇਆ ਸੀ ਵੀ ਸਾਡਾ ਇੱਕ ਸਲਿਊਟ ਹੈ ਉਹਨਾਂ ਵੀਰਾਂ ਨੂੰ, ਉਹਨਾਂ ਭਰਾਵਾਂ ਨੂੰ ਜਿਹੜੇ 20 ਦਿਨਾਂ 2.5-3 ਮਹੀਨੇ ਤੋਂ ਇੱਥੇ ਡਟੇ ਹੋਏ ਆ ਤੇ 20 ਦਿਨਾਂ ਤੋਂ ਉੱਥੇ ਡਟੇ ਹੋਏ ਲਗਾਤਾਰ, ਤੇ ਉਹਨਾਂ ਨੇ ਵੀ ਕੋਈ ਕੱਚ ਨਹੀਂ ਛੱਡੀ। ਅਸੀਂ ਨਾ ਸਾਡਾ ਇੱਕ ਥੋੜ੍ਹਾ ਜਿਹਾ ਸੁਭਾਅ ਹੀ ਇੱਦਾਂ ਦਾ ਵੀ ਅਸੀਂ ਹਰ ਇੱਕ ਚੀਜ਼ ਨੂੰ ਹੈ ਤਾਂ ਅਸੀਂ ਸੰਘਰਸ਼ 'ਚ ਹਾਂ, ਪਰ ਅਸੀਂ ਇਹਨੂੰ ਵਿੱਢਿਆ ਹੋਇਆ ਵਿਆਹ ਜਿਵੇਂ ਹੈ, ਸਾਨੂੰ ਚਾਅ ਇਹਦਾ ਵਿਆਹ ਜਿੰਨਾ ਹੁੰਦਾ ਹੈ, ਅਸੀਂ ਕੱਲ੍ਹ ਨੂੰ ਵੀ ਧਰਨੇ 'ਤੇ ਜਾਣਾ ਹੈ, ਅਸੀਂ ਉੱਥੇ ਵੀ ਲਗਾਤਾਰ ਜਾ ਰਹੇ ਹਾਂ। ਬਟ ਗੱਲ ਇਹ ਆ ਵੀ ਜਦੋਂ ਸ਼ੁਰੂ ਕੀਤਾ ਉਦੋਂ ਬੜੇ ਲੋਕਾਂ ਨੇ ਕਿਹਾ ਵੀ ਯਾਰ ਪਰਚੇ ਪੈਣਗੇ, ਚਲੋ ਮੇਰੇ ਨਾਲ ਤਾਂ ਪਰਸਨਲੀ ਹੋਇਆ ਵੀ ਈਡੀ ਆਜੂਗੀ ਫਲਾਣਾ। ਦੇਖੋ ਜਦੋਂ ਸਾਨੂੰ ਕਿਸ ਚੀਜ਼ ਦਾ ਡਰ ਹੀ ਨਹੀਂ, ਜਦੋਂ ਮਰਜ਼ੀ ਆਵੇ ਸਾਡੇ ਤਾਂ ਵੈਲਕਮ ਹੈ, ਘਰ 'ਚ ਸਾਡੇ ਤਾਂ ਦਰਵਾਜ਼ੇ ਵੀ ਖੁੱਲ੍ਹੇ ਹੁੰਦੇ ਰਾਤ ਨੂੰ, ਕੋਈ ਈਡੀ ਆਵੇ, ਜਦੋਂ ਅਸੀਂ ਗਲਤ ਹੈ ਹੀ ਨਹੀਂ। ਜੇ ਇਹ ਗੱਲ ਕਹਿਣੀ ਵੀ ਗਲਤ ਹੈ ਵੀ ਆਪਣੀ ਕੌਮ ਲਈ, ਆਪਣੇ ਧਰਮ ਲਈ, ਆਪਣੇ ਖਿੱਤੇ ਲਈ ਅਸੀਂ ਬੋਲੀਏ ਨਾ, ਤਾਂ ਫਿਰ ਅਸੀਂ ਉਹ ਗਲਤੀ ਕਰਾਂਗੇ। ਸਾਨੂੰ ਉਸ ਚੀਜ਼ ਦਾ ਕੋਈ ਡਰ ਨਹੀਂ ਹੈਗਾ, ਕਿਸੇ ਦਾ, ਨਾ ਕਿਸੇ ਪਰਚਿਆਂ ਦਾ, ਨਾ ਕਿਸੇ ਅਫਸਰ ਦਾ, ਨਾ ਕਿਸੇ ਸਰਕਾਰ ਦਾ। ਜੇ ਸਾਡਾ 90 ਸਾਲ ਦਾ ਬਜ਼ੁਰਗ ਸਰਕਾਰ ਨਾਲ ਮੱਥਾ ਲਾ ਸਕਦਾ ਤਾਂ ਅਸੀਂ ਤਾਂ ਜਵਾਨ ਹਾਂ, ਸਾਡਾ ਤਾਂ ਫਰਜ਼ ਬਣਦਾ। ਸੋ ਅਸੀਂ ਉਹ ਚੀਜ਼ਾਂ ਦਾ ਡਰ ਪਿੱਛੇ ਕਰਦੇ ਹੋਏ ਅੱਗੇ ਵਧੇ ਤੇ ਗਾਣਾ ਕੀਤਾ। ਅਸੀਂ ਪਹਿਲਾਂ ਵੀ ਡਿਸਕਸ ਕੀਤਾ ਬਣਾਉਣ ਤੋਂ ਵੀ ਹੋ ਸਕਦਾ ਵੀ ਕੱਲ੍ਹ ਨੂੰ ਚੱਕਰ ਪਵੇ, ਇਕੱਲਾ ਇਕੱਲਾ ਦਾ ਭਰਾ ਕਰਦੇ ਹਾਂ
ਪਰ ਜਦੋਂ ਇੱਕ ਐਡੀ ਵੱਡੀ ਕੋਲੈਬੋਰੇਸ਼ਨ ਆ ਜਾਵੇ ਤੇ ਦੂਜੀ ਗੱਲ ਇਹ ਆ ਵੀ ਨੈਸ਼ਨਲ ਮੀਡੀਆ ਖੁਦ ਸਾਨੂੰ ਫੋਨ ਕਰਕੇ ਕਵੇ ਬਿਲਕੁਲ ਐਨਡੀਟੀਵੀ ਫੋਨ ਆਏ ਤੇ ਨੈਸ਼ਨਲ ਚੈਨਲ ਹੈ ਜੀ ਹਨਾ ਸਭ ਨੂੰ ਪਤਾ ਆਜ ਤੱਕ ਤੇ ਚੱਲਿਆ ਤੇ ਐਨਡੀਟੀਵੀ ਨੇ ਗੱਲ ਕਰੀ ਕਿ ਜਦੋਂ ਸਾਡੇ ਲਈ ਇੱਕ ਵੱਖਰੀ ਜੀ ਗੱਲ ਲੱਗੀ ਕਿਉਂਕਿ ਉਹਨਾਂ ਨੂੰ ਵੀ ਪਤਾ ਗਾਣਾ ਬਣਾਉਣਾ ਔਖਾ ਹੁੰਦਾ ਵੱਡਾ ਕਰਨਾ ਤਾਂ ਉਹ ਕਹਿੰਦੇ ਜਦੋਂ ਇੰਨਾ ਕੁਛ ਤੁਸੀਂ ਕਰ ਰਹੇ ਹੋ ਤਾਂ ਅਸੀਂ ਸਪੋਰਟ ਕਰਦੇ ਹਾਂ ਚੀਜ਼ ਨੂੰ ਇਸ ਐਂਥਮ ਨੂੰ ਸਾਰਿਆਂ ਤੱਕ ਲੈ ਕੇ ਜਾਵਾਂਗੇ ਕਿਉਂਕਿ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਸੀ ਗਾਣਾ ਅਸੀਂ ਚਲਾਵਾਂਗੇ ਚੈਨਲ ਤੇ ਉਹਨਾਂ ਨੇ ਚਲਾਇਆ ਵੀ ਦੱਬ ਕੇ ਚਲਾਇਆ ਪੂਰੇ ਹੁਣ ਯੂਟਿਊਬ ਤੇ ਵੀ ਉਹਨਾਂ ਨੇ ਪਾਇਆ ਸਾਰੇ ਪਾਸੇ ਉਹਨਾਂ ਨੇ ਵਧੀਆ ਤਰੀਕੇ ਨਾਲ ਇੱਕ ਸਰਾਹਨਾ ਕੀਤੀ ਗਾਣੇ ਦੀ ਆਪਣੇ ਪੰਜਾਬ ਦੀ ਸਰਾਹਨਾ ਕੀਤੀ ਕਿ ਉਹ ਚ ਦਿਖਿਆ ਕਿ ਅਸੀਂ ਇੱਕ ਆ ਸਾਰੇ ਬਿਲਕੁਲ ਪਰ ਉਸ ਤੋਂ ਬਾਅਦ ਉਹੀ ਚੀਜ਼ਾਂ ਸ਼ੁਰੂ ਹੋ ਗਈਆਂ ਕਿ ਗਾਣੇ ਤੇ ਅੱਜ ਦਾ ਨੀ ਕਾਫੀ ਦਿਨਾਂ ਦਾ ਚੱਲ ਰਿਹਾ ਹੈਗਾ ਧਮਕੀਆਂ ਰੋਲੇ ਰੱਪੇ ਜਦੋਂ ਦਾ ਰਿਲੀਜ਼ ਕੀਤਾ ਉਦੋਂ ਤੋਂ ਸ਼ੁਰੂ ਹੋ ਚੱਲ ਰਿਹਾ ਵੀ ਤੁਸੀਂ ਇੱਕ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਵੀ ਜਿੱਡਾ ਸਾਡਾ ਸੰਘਰਸ਼ ਹੈ ਜਿੱਡਾ ਧਰਨਾ ਉਹਦੇ ਬਰਾਬਰ ਇੱਕ ਨਵੀਂ ਚੀਜ਼ ਬਿਲਕੁਲ ਆ ਕੇ ਖੜੀ ਹੋ ਗਈ ਸੀ ਵੀ ਯਾਰ ਪੰਜਾਬ ਦੇ ਜਿਹੜਾ ਕੋਈ ਵੀ ਵਰਗ ਹੈ ਚਾਹੇ ਉਹ ਐਕਟਰ ਵਰਗ ਹੈ ਚਾਹੇ ਗਾਉਣੇ ਵਾਲਾ ਵਰਗ ਹੈ ਵੀ ਉਹ ਇੰਨੇ ਸੰਜੀਦਾ ਨੇ ਇਸ ਮੁੱਦੇ ਨੂੰ ਲੈ ਕੇ ਉਹ ਕੁਛ ਵੀ ਕਰ ਸਕਦੇ ਆ ਧਰਨਿਆਂ ਤੇ ਤਾਂ ਜਾ ਹੀ ਰਹੇ ਹਾਂ ਸ਼ੋ ਲਾ ਕੇ ਧਰਨਿਆਂ ਤੇ ਤਾਂ ਉਹ ਤਾਂ ਸਾਡਾ ਫਰਜ਼ ਹੀ ਹੈ ਵੀ ਪਰ ਐਡੀ ਐਡੀ ਕੋਲੈਬੋਰੇਸ਼ਨ ਜਿਹੜੀ ਕਦੇ ਸੋਚੀ ਵੀ ਨਹੀਂ ਹੋ ਸਕਦੀ ਕਿਸੇ ਨੇ ਅੱਜ ਤੱਕ ਇੰਡਸਟਰੀ ਚ ਇੰਨੇ ਬੰਦੇ ਇਕੱਠੇ ਨਹੀਂ ਹੋਏ ਹੋਣਗੇ ਏਦਾਂ ਦੇ ਗਾਣੇ ਲਈ ਕਿਉਂਕਿ ਇਹ ਕਮਰਸ਼ੀਅਲ ਨਹੀਂ ਹੈਗਾ ਜੇ ਆਪਾਂ ਕਹਿ ਦਈਏ ਇਹ ਇੱਕ ਸਾਡੇ ਭਰਾਵਾਂ ਨੂੰ ਪੰਪ ਅਪ ਕਰਨ ਲਈ ਬੂਸਟ ਅਪ ਕਰਨ ਲਈ ਇੱਕ ਉਹਨਾਂ ਨੂੰ ਸ਼ਰਧਾਂਜਲੀ ਹੈ ਸਾਡੇ ਵੱਲੋਂ ਵੀ ਚਲੋ ਸ਼ਰਧਾਂਜਲੀ ਵੀ ਨਹੀਂ ਕਹਿ ਸਕਦੇ ਇੱਕ ਮੋਟੀਵੇਸ਼ਨਲ ਮੋਟੀਵੇਸ਼ਨ ਬਣਾਇਆ ਵੀ ਹਾਂ ਯਾਰ ਵੀ ਤੁਸੀਂ ਕਰ ਰਹੇ ਹੋ ਤਾਂ ਅਸੀਂ ਤੁਹਾਡੇ ਨਾਲ ਤਾਂ ਹੈਗੇ ਹਾਂ ਪਰ ਸਾਡਾ ਜਿਹੜਾ ਕੰਮ ਹੈ ਅਸੀਂ ਉਹ ਵੀ ਆਪਦੇ ਵੱਲੋਂ ਕੁਛ ਨਵਾਂ ਕਰਾਂਗੇ ਤੁਹਾਡੇ ਲਈ ਕਿਉਂਕਿ ਗੱਲ ਇਹ ਵੀ ਆ ਬਾਲੀਵੁੱਡ ਚ ਕੋਈ ਨਹੀਂ ਬੋਲ ਰਿਹਾ ਇੱਕ ਦੋਵਾਂ ਨੂੰ ਛੱਡ ਕੇ ਹਾਂ ਤੁਸੀਂ ਵੀ ਸਮਝ ਲਓ ਕਿੱਡਾ ਪ੍ਰੈਸ਼ਰ ਹੋਣਾ ਕਿੱਡਾ ਪ੍ਰੈਸ਼ਰ ਹੋਣਾ ਬੋਲਣਾ ਉਹਨਾਂ ਦਾ ਵੀ ਕਰਦਾ ਕਰ ਰਹੇ ਪ੍ਰੈਸ਼ਰਾਈਜ਼ ਨੇ ਹਾਂ ਧਰਨੇ ਤੇ ਜਾਣ ਤੋਂ ਬਾਅਦ ਵੀ ਇਹ ਧਮਕੀਆਂ ਇਹ ਚੀਜ਼ਾਂ ਸ਼ੁਰੂ ਹੁੰਦੀਆਂ ਵੀ ਤੁਸੀਂ ਉੱਥੇ ਕਿਉਂ ਜਾ ਰਹੇ ਹੋ ਬਿਲਕੁਲ ਤਾਂ ਗਾਣੇ ਤੇ ਸਟ੍ਰਾਈਕਾਂ ਵੀ ਸ਼ੁਰੂ ਹੋ ਗਈਆਂ ਸਾਰਾ ਕੁਛ ਸ਼ੁਰੂ ਹੋ ਗਿਆ ਏਜੰਸੀਆਂ ਨੇ ਮਤਲਬ ਕੋਈ ਕਮੀ ਪੇਸ਼ੀ ਕੋਈ ਕਮੀ ਨਹੀਂ ਕਿਸੇ ਪਾਸਿਓਂ ਕਿ ਗਾਣੇ ਨੂੰ ਰੋਕੀਏ ਸਾਨੂੰ ਰੋਕਣ ਲਈ ਬਿਲਕੁਲ ਪਰ ਆਪਾਂ ਰੁਕਣਾ ਨਹੀਂ ਗਾ ਅਸੀਂ ਸਾਨੂੰ ਪਹਿਲਾਂ ਫੋਨ ਆਏ ਬੜੇ ਵੀ ਤੁਸੀਂ ਕਿਉਂ ਕਰ ਰਹੇ ਹੋ ਅਸੀਂ ਕਰਤਾ ਈਵਨ ਕਿ ਅਸੀਂ ਤਾਂ ਸਿੰਕ ਵੀ ਕੀਤੇ ਮੈਂ ਸ਼ਰੀਰ ਰੋਜ਼ ਦਾ ਵੀਡੀਓ ਵੀ ਕੀਤਾ ਜਿੰਨਾ ਸਾਡੇ ਤੋਂ ਹੋ ਸਕਦਾ ਸੀ ਤੁਸੀਂ ਇੱਕ ਚੀਜ਼ ਹੋਰ ਨੋਟ ਕੀਤੀ ਹੋਣੀ ਆ ਅਕਸਰ ਸਾਡੇ ਕਲਾਕਾਰਾਂ ਦੀਆਂ ਵੀਡੀਓ ਹੁੰਦੀਆਂ ਬੜੀਆਂ ਵੱਡੀਆਂ ਆਉਂਦੀਆਂ ਹਾਂ ਪਿੱਛੇ ਗੱਡੀਆਂ ਹੈਗੀਆਂ ਬੜਾ ਅਸੀਂ ਇੱਕ ਰਿਚ ਦਿਖਾਉਣੇ ਆ ਬਿਲਕੁਲ ਪਰ ਤੁਸੀਂ ਵੀਡੀਓ 'ਚ ਇਹ ਵੀ ਧਿਆਨ ਦਿੱਤਾ ਹੋਣਾ ਜਿਹਨੂੰ ਜਿੱਥੇ ਕਹਿਤਾ ਭਰਾ ਉੱਥੇ ਹੀ ਖੜ ਗਏ ਉੱਥੇ ਹੀ ਖੜ ਗਏ ਬਿਲਕੁਲ ਅਸੀਂ ਕੋਈ ਵੱਡੇ ਕੈਮਰੇ ਨਹੀਂ ਮੰਗੇ ਆਮ ਫੋਨਾਂ ਦੇ ਕੈਮਰੇ ਹੈਗੇ ਜਿਨ੍ਹਾਂ ਤੇ ਉਹ ਸ਼ੂਟ ਹੋਇਆ ਗਾਣਾ ਲਾਈਕ ਕਿਸੇ ਨੇ ਕੋਈ ਕੁਛ ਨਹੀਂ ਮੰਗ ਰਿਹਾ ਕੋਈ ਨੀ ਸਾਡੇ ਬੰਦੇ ਉੱਥੇ ਖੜੇ ਆ ਸੰਘਰਸ਼ ਚ ਚੱਲ ਰਹੇ ਆ ਲਗਾਤਾਰ ਡਟੇ ਹੋਏ ਆ ਸਾਡਾ ਵੀ ਇਹ ਹਿੱਸਾ ਪੈ ਗਿਆ ਉਹਦੇ ਚ ਪੈ ਗਿਆ ਪਰ ਫਿਰ ਵੀ ਏਜੰਸੀਆਂ ਦੇ ਕਾਰਨਾਮੇ ਤੁਸੀਂ ਦੇਖ ਲਓ ਵੀ ਉਹਨਾਂ ਤੋਂ ਇਹ ਚੀਜ਼ ਜਰੀ ਨਹੀਂ ਗਈ ਪੰਜਾਬ ਦੀ ਇੰਡਸਟਰੀ ਵੱਲੋਂ ਇੱਕ ਸੰਘਰਸ਼ ਲਈ ਐਡੀ ਵੱਡੀ ਚੀਜ਼ ਕੀਤੀ ਗਈ ਤਾਂ ਉਸ ਟਰੈਕ ਮਰਵਾ ਕੇ ਉਹਨਾਂ ਨੇ ਉਹ ਗਾਣਾ ਸਾਡਾ ਯੂਟਿਊਬ ਤੋਂ ਡਾਤਾ ਬਿਲਕੁਲ ਭਾਈ ਕਈ ਸਟ੍ਰਾਈਕਾਂ ਹੈਗੀਆਂ ਉਹਤੇ ਕੋਈ ਕਿਤੋਂ ਹੈ ਕੋਈ ਕਿਤੋਂ ਹੈ ਕੋਈ ਪੰਜਾਬ ਚੋਂ ਵੱਜ ਰਹੀਆਂ ਕਾਫੀ ਸਟ੍ਰਾਈਕਾਂ ਹੈਗੀਆਂ ਗਾਣੇ ਤੇ ਤਾਂ ਆਪਾਂ ਹੁਣ ਉਹਨਾਂ ਬਾਰੇ ਤਾਂ ਕੀ ਗੱਲ ਕਰਨੀ ਉਹਨਾਂ ਨਹੀਂ ਅਸੀਂ ਉਹਨਾਂ ਬਾਰੇ ਗੱਲ ਹੀ ਨਹੀਂ ਕਰਨਾ ਸਾਡੀ ਉਹਨਾਂ ਨਾਲ ਲੜਾਈ ਹੋ ਨਹੀਂ ਕੋਈ ਲੜਾਈ ਨਹੀਂ ਅਸੀਂ ਦੁਬਾਰੇ ਜਦ ਤੱਕ ਉਹ ਕਰਦੇ ਰਹਿਣਗੇ ਅਸੀਂ ਉਦੋਂ ਤੱਕ ਹੀ ਅਪਲੋਡ ਗਾਣਾ ਕਰਦੇ ਰਵਾਂਗੇ ਸਾਨੂੰ ਪਤਾ ਸਾਡੇ ਭਰਾ ਨੇ ਜਿਹੜੇ ਗਾਣੇ ਟਰੈਕਟਰਾਂ ਤੇ ਵਜਾ ਰਹੇ ਨੇ ਜੀ ਜਿਉਂ ਇੰਨੇ ਇਕੱਠੇ ਹੋ ਸਕਦੇ ਆ ਉੱਥੇ ਤਾਂ ਅਸੀਂ ਵੀ ਇੱਕ ਹਿੱਸਾ ਹੀ ਹੈ ਇਹ ਮਿਊਜ਼ਿਕ ਇੰਡਸਟਰੀ ਨੇ ਤਾਂ ਸ਼੍ਰੀ ਸਾਡੇ ਤੇ ਟੈਗ ਲੱਗਦਾ ਸੀ ਹਮੇਸ਼ਾ ਵੀ ਇਹਨਾਂ ਨੇ ਪੰਜਾਬ ਦਾ ਯੂਥ ਖਰਾਬ ਕਰਤਾ ਸਾਨੂੰ ਨਾ ਇੱਕ ਬੜੇ ਲੱਚਰ ਲਾਣੇ ਦੇ ਨਾਲ ਸੰਬੋਧਨ ਕੀਤਾ ਜਾਂਦਾ ਨਾ ਐਸੇ ਨਾਂ ਦਿੱਤੇ ਜਾਂਦੇ ਸੀ ਲੋਕਾਂ ਵੱਲੋਂ ਜਿਹੜੇ ਬੜੇ ਬੁੱਧੀਜੀਵੀ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਅੱਜ ਦੀ ਡੇਟ 'ਚ ਉਹ ਬੋਲਦੇ ਨਹੀਂ ਹੈਗੇ ਨਹੀਂ ਬੋਲਦੇ ਵੀ ਹਾਂ ਇਹ ਕਲਾਕਾਰ ਨੇ ਜਿਹੜੇ ਸਭ ਤੋਂ ਜਥੇਬੰਦੀਆਂ ਨੂੰ ਸਭ ਤੋਂ ਪਹਿਲਾਂ ਸਮਰਥਨ ਅਸੀਂ ਦਿੱਤਾ ਕਲਾਕਾਰਾਂ ਨੇ ਬਿਲਕੁਲ ਜਦੋਂ ਸਮਾਜ ਬਦਲਿਆ ਗੀਤਾਂ ਦੀ ਵੀ ਗੱਲ ਕਰ ਲਈ ਆਪਾਂ ਵੀ ਕਿਹਾ ਜਾਂਦਾ ਵੀ ਲੱਚਰ ਗਾਣੇ ਆਉਂਦੇ ਆ ਇਦਾਂ ਦੇ ਗਾਣੇ ਆਉਂਦੇ ਆ ਦੇਖੋ ਸਮਾਜ ਬਦਲਿਆ ਤਾਂ ਸਭ ਤੋਂ ਪਹਿਲਾਂ ਜਿਹੜਾ ਵਰਗ ਬਦਲਿਆ ਉਹ ਕਲਾਕਾਰਾਂ ਦਾ ਵਰਗ ਬਦਲਿਆ ਅੱਜ ਦੀ ਡੇਟ 'ਚ ਕਿਸੇ ਦਾ ਕੋਈ ਕਮਰਸ਼ੀਅਲ ਗੀਤ ਨਹੀਂ ਆ ਰਿਹਾ ਹਰ ਇੱਕ ਬੰਦੇ ਦੇ ਗਾਣੇ ਆ ਰਹੇ ਆ ਕਿਸਾਨੀ ਸੰਘਰਸ਼ ਤੇ ਲੋਕ ਸੁਣ ਵੀ ਰਹੇ ਆ ਉਹ ਕਿਉਂ ਕਲਾਕਾਰ ਕਰ ਰਹੇ ਆ ਕਿਉਂਕਿ ਲੋਕ ਸੁਣਨਾ ਚਾਹੁੰਦੇ ਆ ਅਸੀਂ ਕਰ ਰਹੇ ਹਾਂ ਸਮਾਜ ਇੱਦਾਂ ਹੀ ਰਹੂਗਾ ਸਾਨੂੰ ਕੀ ਲੋੜ ਆ ਕਮਰਸ਼ੀਅਲ ਕਰਨ ਦਾ ਅਸੀਂ ਇੱਦਾਂ ਹੀ ਕਰੀ ਜਾਵਾਂਗੇ ਬਿਲਕੁਲ ਬਿਲਕੁਲ ਸਮਾਜ ਦੀ ਡਿਮਾਂਡ ਹੈ ਇਹ ਬਿਲਕੁਲ ਕਿਉਂਕਿ ਜਿਵੇਂ ਦਾ ਤੁਸੀਂ ਸੁਣਨਾ ਚਾਹੁੰਦੇ ਹੋ ਬਿਲਕੁਲ ਗਾਣਾ ਉਹੀ ਬਣਦਾ ਬਿਲਕੁਲ ਤੇ ਗਾਣੇ ਨੂੰ ਫਿਰ ਤੋਂ ਅਪਲੋਡ ਕਰਾਂਗੇ ਜੀ ਉਹਦੇ ਸਟ੍ਰਾਈਕਾਂ ਵੱਜੀਆਂ ਫਿਰ ਤੋਂ ਅਪਲੋਡ ਕਰਾਂਗੇ
ਤੇ ਉਮੀਦ ਕਰਦੇ ਆ ਤੁਸੀਂ ਉਹ ਗਾਣਾ, ਕਿਉਂਕਿ ਸਾਡਾ ਤਾਂ ਹੈ ਹੀ ਨੀ, ਸਾਡਾ ਗਾਣਾ ਹੈ ਹੀ ਤੁਹਾਡਾ। ਉਹ ਪਹਿਲੇ ਦਿਨ ਤੋਂ ਹੀ ਉਹਨਾਂ ਭਰਾਵਾਂ ਦਾ, ਜਿਹੜੇ ਟਰੈਕਟਰਾਂ ਟਰਾਲੀਆਂ ਤੇ ਉਸੇ ਜਾ ਰਹੇ ਆ, ਜਦੋਂ ਅਸੀਂ ਸ਼੍ਰੀ ਇੱਥੋਂ ਜਾਂਦੇ ਵੀ ਹਾਂ ਰਾਹ ਚ, ਮੇਰੇ ਹਿਸਾਬ ਨਾਲ 100-150 ਟਰਾਲੀ ਮੈਂ ਕਾਊਂਟ ਕਰ ਲੈਂਦਾ, ਮੇਰੀ ਆਦਤ ਆ ਵੀ ਮੈਂ ਗਿਣਦਾ ਵੀ ਕਿੰਨੀਆਂ ਟਰਾਲੀਆਂ ਆ ਰਹੀਆਂ ਨੇ, ਕਿੰਨੀਆਂ ਜਾ ਰਹੀਆਂ ਨੇ, ਜਾ ਵੱਧ ਰਹੀਆਂ ਹੁੰਦੀਆਂ ਨੇ, ਆ ਘੱਟ ਰਹੀਆਂ। ਚਲੋ ਅਸੀਂ ਨੀ ਕਹਿੰਦੇ ਸਾਡਾ ਗਾਣਾ ਸਾਡਾ ਤਾਂ ਹੀ ਨੀ, ਹਰ ਇੱਕ ਟਰੈਕਟਰ ਤੇ ਹਰ ਇੱਕ ਟਰਾਲੀ ਤੇ ਉਹ ਗਾਣਾ ਵੱਜ ਰਿਹਾ ਹੁੰਦਾ ਆਪਣੇ ਮੁੰਡਿਆਂ ਦੇ ਪੂਰੇ ਇੱਕ ਇੱਕ ਨਵੇਂ ਜਿਵੇਂ ਦਾ ਜੋਸ਼ ਹੁੰਦਾ, ਪੰਜਾਹ ਸਾਲ ਦੇ ਬੰਦੇ ਨੇ, 55 ਸਾਲ ਦੇ ਬੰਦੇ ਨੇ ਕਹੀ ਵੀ ਜਦੋਂ ਯਾਰ ਤੁਹਾਡਾ ਗਾਣਾ ਸੁਣਦੇ ਆ ਵੀ ਯਾਰ ਸਾਨੂੰ ਇੱਕ ਜੋਸ਼ ਚੜਦਾ ਵੀ ਹਾਂ ਯਾਰ ਕੁਛ ਕਰਨਾ, ਅਸੀਂ ਪਿੱਛੇ ਹੁਣ ਹਟਣਾ ਹੀ ਨਹੀਂ। ਸੋ ਜਦੋਂ ਲੋਕਾਂ ਨੂੰ ਇੰਨਾ ਚਾਅ ਹੋਵੇ, ਇੱਕ ਇੰਨਾ ਅਸੀਂ ਸੰਘਰਸ਼ ਚ ਤੁਰਿਆ ਹੋਇਆ ਸਾਰਾ ਪੰਜਾਬ, ਬੱਚੇ ਬੱਚੇ ਤੋਂ ਲੈ ਕੇ ਹਰ ਇੱਕ ਵਰਗ, ਚਾਹੇ ਉਹ ਵਕੀਲ ਨੇ, ਬੁੱਧੀਜੀਵੀ ਨੇ, ਕਲਾਕਾਰ ਨੇ, ਐਕਟਰ ਨੇ, ਲਿਖਾਰੀ ਨੇ, ਕੋਈ ਵੀ ਆ, ਤਾਂ ਫਿਰ ਜਦੋਂ ਏਜੰਸੀਆਂ ਨੂੰ ਇਸ ਚੀਜ਼ ਤੋਂ ਪ੍ਰੋਬਲਮ ਬਹੁਤ ਹੁੰਦੀ ਆ, ਫਿਰ ਉਹ ਆਪਣੇ ਬੰਦੇ ਪਲਾਂਟ ਕਰਦੀਆਂ ਨੇ, ਕੀ ਪਤਾ ਕਿਸੇ ਨੂੰ ਪੈਸੇ ਦੇ ਕੇ ਇਹ ਕੰਮ ਕਰਾਉਂਦੀਆਂ ਨੇ, ਸਾਡੇ ਵਿੱਚ ਵਾਲਦੀਆਂ ਨੇ, ਧਮਕੀਆਂ ਨਾਲ ਤਾਂ ਅਸੀਂ ਡਰੇ ਹੈ ਨੀ। ਫਿਰ ਉਹਨਾਂ ਕੋਲ ਸਿਰਫ ਆਹ ਹਥਕੰਡਾ ਸੀ ਜਿਹੜਾ ਉਹਨਾਂ ਨੇ ਅਪਣਾਇਆ, ਸਾਡਾ ਗਾਣਾ ਡਾਲਤਾ, ਬਟ ਅਸੀਂ ਇਹ ਗਾਣਾ ਅਪਲੋਡ ਕਰਾਂਗੇ ਦੁਬਾਰੇ। ਬਿਲਕੁਲ, ਜਦੋਂ ਤੱਕ ਇਹ ਚੀਜ਼ਾਂ ਚੱਲਦੀਆਂ ਰਹਿਣਗੀਆਂ, ਜੇ ਫਿਰ ਡਾਉਣਗੇ ਅਸੀਂ ਦੁਬਾਰੇ ਫਿਰ ਅਪਲੋਡ ਪਾਵਾਂਗੇ। ਬਿਲਕੁਲ, ਰਹੀ ਗੱਲ ਉਹ ਤੋਂ ਗਾਣੇ ਤੋਂ ਜੇ ਪ੍ਰੋਫਿਟ ਦੀ, ਤਾਂ ਕੋਈ ਪ੍ਰੋਫਿਟ ਕਾਹਦਾ, ਸਾਡੀਆਂ ਜ਼ਮੀਨਾਂ ਜਾ ਰਹੀਆਂ, ਤੇ ਗਾਣੇ ਤੋਂ ਅਸੀਂ ਕੀ ਪ੍ਰੋਫਿਟ ਲੈਣਾ। ਉਹ ਗਾਣਾ ਨਾਲੇ ਸ਼੍ਰੀ ਪਹਿਲਾਂ ਹੀ ਏਡਾ ਵੱਡਾ ਕਰਤਾ ਸਾਰੇ ਭਰਾਵਾਂ ਨੇ ਮਿਲ ਕੇ, ਕਿ ਉਹ ਗਾਣੇ ਦੀ ਕੀਮਤ ਹੀ ਨੀ ਕੋਈ। ਚਲੋ ਉਹਦੀ ਕੀਮਤ ਉੱਥੇ ਨੀ, ਕਿਉਂਕਿ ਤੁਸੀਂ ਉਹਨੂੰ ਇੱਕ ਐਂਥਮ ਦਾ ਨਾਮ ਦਿੱਤਾ, ਇੰਨਾ ਸੋਹਣਾ ਨੈਸ਼ਨਲ ਟੀਵੀ ਕਰ ਰਿਹਾ। ਇੱਕ ਮਨ ਵੀ ਲਈਏ ਵੀ ਚਲੋ ਪ੍ਰੋਫਿਟ ਤੇ ਕਮਰਸ਼ੀਅਲ ਵੀ ਆ ਜਾਓ, ਉਹ ਗੀਤ ਦੇ ਪੈਸੇ ਅਸੀਂ ਇੱਥੇ ਬੋਲ ਕੇ ਨਹੀਂ ਦੱਸਣਾ ਚਾਹੁੰਦੇ ਵੀ ਅਸੀਂ ਉੱਥੇ ਕੰਬਲ ਦੇ ਰਹੇ ਹਾਂ, ਅਸੀਂ ਉੱਥੇ ਸਾਡੀ ਨਾ, ਇਹ ਸਾਡੀ ਫਿਤਰਤ ਹੈ। ਬਿਲਕੁਲ, ਅਸੀਂ ਤਾਂ ਆਟੇ ਚ ਲੂਣ ਵੀ ਨਹੀਂ ਕਰ ਰਹੇ, ਕੁਛ ਵੀ ਜਿੰਨਾ ਸਾਡੇ ਬਜ਼ੁਰਗ ਕਰ ਰਿਹਾ ਉਹਦੇ ਪੂਰੇ ਸਾਡਾ ਤਾਂ ਕੁਛ ਵੀ ਨਹੀਂ। ਬਟ ਫਿਰ ਵੀ ਜਦ ਕਮਰਸ਼ੀਅਲ ਲਾ ਲਓ ਵੀ ਜਿੰਨੇ ਉਸ ਗੀਤ ਤੋਂ ਪੈਸੇ ਆਉਣੇ ਸੀ ਉਹ ਸਾਰੇ ਅਸੀਂ ਉੱਥੇ ਹੀ ਲਾਉਣੇ ਸੀ, ਧਰਨੇ ਤੇ, ਚਾਹੇ ਕਿਸੇ ਵੀ ਰੂਪ ਚ ਲਾਉਂਦੇ, ਲੰਗਰ ਦੇ ਰੂਪ ਚ ਲਾਉਂਦੇ, ਗੱਦਿਆਂ ਦੇ ਰੂਪ ਚ ਲਾਉਂਦੇ, ਕੰਬਲਾਂ ਦੇ ਰੂਪ ਚ ਲਾਉਂਦੇ, ਜੋ ਵੀ ਉੱਥੋਂ ਪੈਸਾ ਯੂਟਿਊਬ ਤੋਂ ਸਾਨੂੰ ਆਉਣਾ ਸੀ ਜਾਂ ਕਿਸੇ ਵੀ ਸਾਈਟ ਤੋਂ ਆਉਣਾ ਸੀ, ਜੇ ਕਿਸਾਨ ਐਂਥਮ ਬਣਿਆ ਤਾਂ ਉਹ ਲੱਗਣਾ ਵੀ ਸਾਰਾ ਪੈਸਾ ਕਿਸਾਨੀ ਤੇ ਸੀ, ਸਾਡੇ ਭਰਾਵਾਂ ਤੇ ਸੀ। ਅਸੀਂ ਨੀ ਕਹਿ ਰਹੇ ਵੀ ਅਸੀਂ ਇਹ ਚੀਜ਼ ਸ਼ੋਅ ਨੀ ਕਰਨੀ ਸੀ ਵੀ ਅਸੀਂ ਕਰ ਰਹੇ ਹਾਂ, ਕਿਉਂਕਿ ਸਾਡੀ ਇਹ ਚੰਗੇ ਵੀ ਨੀ ਲੱਗਦੇ ਉਹਨਾਂ ਦੇ ਤਪੱਸਿਆ ਦੇ ਮੂਹਰੇ, ਸਾਡਾ ਤਾਂ ਇਹ ਕੁਛ ਵੀ ਨੀ ਹੈਗਾ, ਵੀ ਚੰਗੀ ਆਏ ਵੀ ਨੀ ਲੱਗਦੀ। ਜੇ ਅਸੀਂ ਬੈਠੇ ਹਾਂ ਅੱਜ ਤਾਂ ਸਾਰਾ ਤੁਹਾਡਾ ਹੀ ਦਿੱਤਾ। ਬਿਲਕੁਲ, ਸਾਰਾ ਕੁਛ ਹੀ ਉਹਨਾਂ ਦਾ, ਸਾਰਾ ਕੁਛ ਤੁਹਾਡਾ ਦਿੱਤਾ, ਅਸੀਂ ਗੱਡੀ ਤੋਂ ਲੈ ਕੇ ਸਾਡੇ ਪਾਏ ਕੱਪੜੇ ਤੱਕ ਤੁਹਾਡੇ ਦਿੱਤੇ। ਬਿਲਕੁਲ, ਕੋਈ ਸ਼ੱਕ ਨਹੀਂ ਹੈਗਾ, ਠੀਕ ਹੈ। ਤੇ ਜ਼ਬਾਨ ਵੀ ਤੁਹਾਡੀ ਦਿੱਤੀ ਹੈ ਸਾਨੂੰ, ਪੰਜਾਬ ਦੀ ਜ਼ਬਾਨ ਹੈ, ਅਸੀਂ ਬੈਠੇ ਤੁਹਾਡੇ ਕਰਕੇ, ਤਾਂ ਅਸੀਂ ਕੀ ਹੱਕ ਜਿਤਾ ਲਈਏ ਕਿਸੇ ਚੀਜ਼ ਤੇ। ਤਾਂ ਇਹ ਗਾਣਾ ਤੁਹਾਡਾ ਹੀ ਹੈਗਾ, ਫਿਰ ਤੋਂ ਅਪਲੋਡ ਕਰਾਂਗੇ। 4-5 ਦਿਨਾਂ ਚ ਯਾਰ 10 ਮਿਲੀਅਨ ਵਿਊ ਆਡੀਓ ਦੇ, ਸ਼੍ਰੀ ਇੱਕ ਬਹੁਤ ਵੱਡੀ ਆਪਦੇ ਆਪ ਚ ਗੱਲ ਹੁੰਦੀ ਹੈ, ਇਹਨੂੰ ਵੀਡੀਓ ਤੋਂ ਆਪਾਂ ਪ੍ਰੋਪਰ ਕਹਿ ਨਹੀਂ ਸਕਦੇ। ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਹੈ ਵੀ ਸਾਡੇ ਭਰਾ ਹੀ ਦਿਖਾਏ ਨੇ, ਉਹ ਵੀਡੀਓਜ਼ ਦਿਖਾਈਆਂ ਨੇ ਜਿਨ੍ਹਾਂ ਚ ਪੁਲਿਸ ਨੇ ਤਸ਼ੱਦਦ ਕੀਤਾ, ਤੇ ਉਹ ਫਿਰ ਵੀ ਡਟ ਕੇ ਉਹਨਾਂ ਨੇ ਮੁਕਾਬਲਾ ਕੀਤਾ। ਬਿਲਕੁਲ, ਖੜੇ ਆ ਸਾਡੇ ਨੌਜਵਾਨੀ, ਜਿਹੜੀ ਜਵਾਨੀ ਨੂੰ ਭੰਡਿਆ ਜਾਂਦਾ ਸੀਗਾ ਉਹਨੇ ਜਵਾਬ ਦਿੱਤਾ ਵੀ ਅਸੀਂ ਉਹ ਨਹੀਂ ਹੈਗੇ ਜਿਹੜੇ ਤੁਸੀਂ ਏਜੰਸੀਆਂ ਨੇ ਉਹਨਾਂ ਨੂੰ ਵੀ ਬਹੁਤ ਬਦਨਾਮ ਕੀਤਾ, ਮੂੰਹ ਤੋੜਵਾਂ ਜਵਾਬ ਦਿੱਤਾ। ਬਟ ਚਲੋ ਫਿਰ ਵੀ ਉਹਨਾਂ ਤੋਂ ਨਹੀਂ ਜਰਿਆ ਗਿਆ, ਅਸੀਂ ਦੁਬਾਰੇ ਅਪਲੋਡ ਕਰਾਂਗੇ। ਬਿਲਕੁਲ, ਤੁਸੀਂ ਬਸ ਤੁਹਾਨੂੰ ਇੰਨੀ ਬੇਨਤੀ ਆ ਵੀ ਤੁਸੀਂ ਦੁਬਾਰੇ ਯੂਟਿਊਬ ਤੇ ਜਾ ਕੇ ਸ਼ੇਅਰ ਕਰਿਓ, ਬਿਲਕੁਲ ਸੁਣਿਓ ਦੁਬਾਰੇ, ਤੇ ਸਪੋਰਟ ਕਰਿਓ ਜਿੰਨੀ ਵੀ ਹੋ ਸਕਦੀ ਹੈ। ਸੁਣ ਤਾਂ ਤੁਸੀਂ ਰਹੇ ਹੋ, ਉਹ 'ਚ ਸਾਨੂੰ ਕੋਈ ਸ਼ੱਕ ਨਹੀਂ ਹੈਗਾ। ਬਿਲਕੁਲ, ਗਾਣਾ ਫਿਰ ਤੋਂ ਜੇ ਡਿਲੀਟ ਹੋਇਆ ਫਿਰ ਕੋਈ ਨੀ, ਇਹ ਮੱਥਾ ਸਿਰਫ ਸਰਕਾਰ ਨਾਲ ਹੀ ਹੈ ਸਿੱਧਾ ਸਾਡਾ। ਅਸੀਂ ਜਦ ਸਾਡੇ ਬਾਬੇ ਨੀ ਪਿੱਛੇ ਹਟ ਰਹੇ ਦਿੱਲੀ ਬਾਰਡਰ ਤੋਂ, ਅਸੀਂ ਤਾਂ ਫਿਰ ਯੂਟਿਊਬ ਤੇ ਅਪਲੋਡ ਹੀ ਕਰਨਾ, ਘਰੇ ਬੈਠੇ ਬੈਠਿਆਂ ਨੇ ਕਰ ਦੇਣਾ, ਅਸੀਂ ਦੁਬਾਰੇ ਕਰਾਂਗੇ। ਜਿੰਨੀ ਵਾਰੀ ਗਾਣਾ ਡਿਲੀਟ ਹੋਊਗਾ ਉਨੀ ਵਾਰੀ ਅਸੀਂ ਅਪਲੋਡ ਕਰਾਂਗੇ। ਸੋ ਤੁਸੀਂ ਸਾਰੇ ਸਾਨੂੰ ਸਾਥ ਤੁਹਾਡਾ ਚਾਹੀਦਾ, ਅਸੀਂ ਬੇਨਤੀ ਕਰਦੇ ਹਾਂ ਤੁਹਾਨੂੰ ਦੁਬਾਰੇ ਸ਼ੇਅਰ ਕਰਿਓ, ਜਾ ਕੇ ਉਹਨੂੰ ਸੁਣਿਓ ਆਪਦੇ ਦੋਸਤਾਂ ਨਾਲ, ਸੁਣ ਤੁਸੀਂ ਸਾਰਿਆਂ ਨੇ ਲਿਆ, ਪਰ ਇੱਕ ਵਾਰੀ ਫਿਰ ਸਾਡੀ ਸਪੋਰਟ ਕਰਿਓ, ਕਿਉਂਕਿ ਇਹ ਵੀ ਇੱਕ ਸਰਕਾਰ ਨਾਲ ਹੀ ਸਾਡਾ ਸੰਘਰਸ਼ ਚੱਲ ਰਿਹਾ। ਬਿਲਕੁਲ, ਸੋ ਜਿੰਨੇ ਵੀ ਉੱਥੇ ਧਰਨਿਆਂ ਤੇ ਡਟੇ ਹੋਏ ਸਾਡੇ ਬਜ਼ੁਰਗ ਨੇ, ਮਾਵਾਂ ਭੈਣਾਂ ਬੱਚੇ, ਅਸੀਂ ਦਿਲੋਂ ਕਾਮਨਾ ਕਰਦੇ ਹਾਂ, ਕਿਉਂਕਿ ਠੰਡ ਦੇ ਦਿਨ ਨੇ, ਬਹੁਤ ਔਖਾ ਹੁੰਦਾ। ਮੈਂ ਉੱਥੇ ਰਹਿ ਕੇ ਆਉਣਾ, ਮੈਨੂੰ ਪਤਾ ਕਿਵੇਂ ਬਜ਼ੁਰਗ ਉੱਥੇ ਰਹਿੰਦੇ ਆ, ਪਰ ਫਿਰ ਵੀ ਉਹਨਾਂ ਨੂੰ ਸਲਾਮ ਹੈ, ਸਾਡਾ ਦਿਲ ਭਰਿਆ ਹੁੰਦਾ ਜਦੋਂ ਅਸੀਂ ਉਹ ਮਾਹੌਲ ਦੇਖਦੇ ਹਾਂ। ਪਰ ਇੱਕ ਨਾ ਜਿੰਦਾ ਦਿਲੀ ਦੀ ਐਸੀ ਇੱਕ ਅੰਦਰੋਂ ਹੀ ਕਸ਼ਿਸ਼ ਹੈ ਵੀ ਅਸੀਂ ਜਿੱਤ ਕੇ ਜਾਣਾ, ਸੋ ਅਸੀਂ ਹੋਰ ਹੌਸਲੇ 'ਚ ਹੋ ਜਾਂਦੇ ਹਾਂ। ਬਿਲਕੁਲ, ਦੁਬਾਰੇ ਅਪਲੋਡ ਕਰਾਂਗੇ ਜੀ, ਤੁਸੀਂ ਸਾਰੇ ਸਪੋਰਟ ਕਰਿਓ। ਬਿਲਕੁਲ, ਜਿੰਨੇ ਵੀ ਧਰਨੇ ਆ ਤੇ ਚਾਹੇ ਇੱਥੇ ਘਰੇ ਬਹਿ ਕੇ ਸਪੋਰਟ ਕਰ ਰਹੇ ਆ, ਸਾਡਾ ਦਿਲੋਂ ਉਹਨਾਂ ਵੀਰਾਂ ਨੂੰ ਸਲਾਮ ਹੈ, ਸਲੂਟ ਹੈ, ਤੇ ਅਸੀਂ ਕਾਮਨਾ ਕਰਦੇ ਹਾਂ ਵੀ ਇਸ ਸੰਘਰਸ਼ 'ਚ ਸਾਡੀ ਜਿੱਤ ਹੋਊਗੀ ਤੇ ਅਸੀਂ ਜਿੱਤ ਕੇ ਪੰਜਾਬ ਨੂੰ ਆਵਾਂਗੇ। ਬਿਲਕੁਲ, ਥੈਂਕ ਯੂ, ਥੈਂਕ ਯੂ, ਬਹੁਤ ਮਿਹਰਬਾਨੀ। ਰਿਕੋਰਡਿੰਗ
ਹੈਂਡਲ ਕਰ ਦੋ।